ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੋਦਰ ਦੀ ਦਿਖਾਈ ਜਾ ਰਹੀ ਆ ਦੀਵਾਲੀ ਬਹੁਤ ਨਜ਼ਦੀਕ ਆ ਰਹੀ ਆ ਕਿਉਂਕਿ ਦੀਵਾਲੀ ਦੇ ਵਿੱਚ ਜਿਹੜਾ ਹੈਗਾ ਇੱਕ ਪ੍ਰਾਤਨ ਕਾਲ ਤੋਂ ਚੱਲ ਰਹੇ ਨੇ ਦੀਵੇ ਦੀਵੇ ਨੂੰ ਬਣਾਇਆ ਕਿਸ ਤਰ੍ਹਾਂ ਜਾਂਦਾ ਕਿਉਂਕਿ ਆਪਾਂ ਦੀਵੇ ਕੋਠੀਆਂ ਦੇ ਉੱਪਰ ਜਗਦੇ ਤਾਂ ਬਹੁਤ ਦੇਖਦੇ ਹੋਵਾਂਗੇ ਪਰ ਇਹਨਾਂ ਨੂੰ ਬਣਾਇਆ ਕਿਸ ਤਰ੍ਹਾਂ ਜਾਂਦਾ ਅੱਜ ਅਸੀਂ ਉਹਨਾਂ ਘਰਾਂ ਦੇ ਵਿੱਚ ਪਹੁੰਚੇ ਹਾਂ ਜਿੱਥੇ ਦੀਵੇ ਬਣਾਏ ਜਾਂਦੇ ਨੇ ਕਿਉਂਕਿ ਮਿਹਨਤ ਕਰਨੀ ਜਿਹੜੀ ਹੈਗੀ ਆ ਬਹੁਤ ਔਖੀ ਆ ਇੱਕ ਚੀਜ਼ ਨੂੰ ਚੱਕ ਕੇ ਆਪਾਂ ਤਿਆਰ ਕੀਤਾ ਹੋਇਆ ਵੇਚਣਾ ਹੋਰ ਚੀਜ਼ ਹੈਗੀ ਆ ਪਰ ਜਿਹੜੇ ਤਿਆਰ ਕਰਦੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਵੀਰ ਜੀ ਕੀ ਨਾਮ ਜੀ ਨਰੇਸ਼ ਜੀ ਦੀਵੇ ਬਣਾਉਣ ਦਾ ਕੰਮ ਜਿਹੜਾ ਹੈਗਾ ਕਿਸ ਤਰ੍ਹਾਂ ਚੱਲ ਰਿਹਾ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੀਵੇ ਤਿਆਰ ਕਰਦੇ ਹਾਂ ਸਾਨੂੰ ਡੇਢ ਮਹੀਨਾ ਪਹਿਲਾਂ ਲੱਗ ਜਾਂਦੇ ਜੀ ਦੀਵਾਲੀ ਤੋਂ ਡੇਢ ਮਹੀਨਾ ਪਹਿਲਾਂ ਹਾਂਜੀ ਤੇ ਪਿਛਲੇ ਸਾਲ ਜਿੱਦਾਂ ਕਰੋਨਾ ਮਹਾਮਾਰੀ ਚੱਲ ਰਹੀ ਸੀਗੀ ਬਿਮਾਰੀ ਦੇ ਕਾਰਨ ਜਿਹੜਾ ਹੈਗਾ ਕਾਫੀ ਕੰਮ ਕਾਰ ਠੱਪ ਸੀਗੇ ਤੁਹਾਡਾ ਕਿਸ ਤਰ੍ਹਾਂ ਕੰਮ ਰਿਹਾ ਹਾਂਜੀ ਉਦੋਂ ਵੀ ਸਾਡਾ ਵੀ ਠੱਪ ਹੀ ਸੀ ਜੀ ਕਿਉਂਕਿ ਮਿੱਟੀ ਲਿਆਉਣੀ ਬਾਲਣ ਲਿਆਉਣਾ ਸਾਰਾ ਕੁਝ ਤਾਂ ਬੰਦ ਸੀਗਾ ਆਵਾਜਾਈ ਬੰਦ ਸੀ ਤੇ ਇਸ ਕਰਕੇ ਸਾਡਾ ਵੀ ਠੱਪ ਹੀ ਜੁਕਤੀ ਠੀਕ ਹੈ ਜਿਹੜਾ 1000 ਦੀਵਾ ਹੈਗਾ ਉਹ ਕਿੰਨੇ ਚ ਪੈਂਦਾ ਤੇ ਕਿੰਨੇ ਚ ਵੇਚਦੇ ਤੁਸੀਂ ਅਸੀਂ ਜਿੱਦਾਂ ਥੋਕ ਰੇਟ ਹੁੰਦਾ ਸਾਡਾ 500 ਰੁਪਏ ਸ਼ੁਰੂ ਹੋ ਜਾਂਦਾ ਹੈ ਹੁਣ 600 ਗਿਆ 600 ਰੁਪਏ 1000 ਤੇ ਜਿਹੜੇ ਪ੍ਰਤੂਮ ਵੇਚਦੇ ਆ ਉਹ 20 ਰੁਪਏ ਦੱਸਦੇ ਹੁੰਦੇ 15 ਰੁਪਏ 20 ਰੁਪਏ ਕਿੰਨੀ ਕੁ ਮਿਹਨਤ ਲੱਗਦੀ ਆ ਦੀਵਾ ਤਿਆਰ ਕਰਨ ਨੂੰ ਮਿਹਨਤ ਤਾਂ ਬਹੁਤ ਲੱਗਦੀ ਹੈ ਪਹਿਲਾਂ ਮਿੱਟੀ ਕੁੱਟਣੀ ਹੁੰਦੀ ਭੇੜੀ ਹੁੰਦੀ ਆ ਛਾਨਣੀ ਹੁੰਦੀ ਆ ਫਿਰ ਉਹਨੂੰ 8 ਦੇ ਵੇ ਫਿਰ ਉਹਨੂੰ ਮਸ਼ੀਨ ਵਿੱਚ ਪਾ ਕੇ ਫਿਰ ਪੈਰਾਂ ਨਾਲ ਕਰਕੇ ਫਿਰ ਮਿੱਟੀ ਤਿਆਰ ਕਰਨ ਦੀ ਬਹੁਤ ਔਖੀ ਹੈ ਜਿੱਦਾਂ ਕਿ ਦੀਵਾ ਲੋਕ ਘਰਾਂ ਦੇ ਵਿੱਚ ਜਗਦਾ ਤਾਂ ਦੇਖਦੇ ਆ ਪਰ ਬਣਾਉਣਾ ਜਿਹੜਾ ਹੈਗਾ ਉਹਨੂੰ ਕਿੰਨਾ ਕੁ ਸਮੇਂ ਲੱਗ ਜਾਂਦਾ ਜਿਹੜਾ ਇੱਕ ਦੀਵੇ ਨੂੰ ਤਿਆਰ ਕਰਨ ਇਹ ਜੀ ਦੀਵੇ ਨੂੰ ਜਿੱਦਾਂ ਅਸੀਂ 3000 ਵੀ ਤਿਆਰ ਕਰਦੇ ਪਰ ਜਿਹੜੀ ਮਿੱਟੀ ਆ ਜਿੱਦਾਂ ਉਹਨੂੰ ਕਹਿ ਲਓ 5-6 ਦਿਨ ਲੱਗ ਜਾਣੇ ਆ ਦਿਹਾੜੀ ਦੇ ਵਿੱਚ ਕਿੰਨਾ ਦੀਵਾ ਤਿਆਰ ਕਰ ਲੈਂਦੇ 3000 ਵੀ ਕਰ ਸਕਦੇ 4000 ਵੀ 5000 ਵੀ ਉਹ ਤਾਂ ਇਦਾਂ ਜੇ ਹੁਣ ਜੇ ਕਹੀਏ 6 ਤੋਂ ਤੇ 6 ਵਜੇ ਦੀ ਕਰੀਏ ਫਿਰ 3000 ਦੀਵਾ ਮਸੀਂ ਤਿਆਰ ਹੁੰਦਾ ਹੈ ਦੋ ਜਣੇ ਜਿੱਦਾਂ ਹੁਣ ਤੁਹਾਡਾ ਸਾਰਾ ਪਰਿਵਾਰ ਲੱਗਾ ਹੋਇਆ ਦੀਵੇ ਤਿਆਰ ਕਰਨ ਲਈ ਤੇ ਹੋਰ ਕਾਰੋਬਾਰ ਕਿੱਦਾਂ ਚੱਲਦਾ ਹੈਗਾ ਕੀ ਹੈਗਾ ਤੁਹਾਡਾ ਕਾਰੋਬਾਰ ਮਿੱਟੀ ਦੇ ਭਾਂਡੇ ਆ ਜੀ ਤੌੜੀਆਂ ਵਗੈਰਾ ਜਾਂ ਲੱਸੀ ਰੱਖਣ ਲਈ ਦਹੀਂ ਜਮਾਉਣ ਲਈ ਦਹੀਂ ਦੇ ਕੁੱਜੇ ਵਗੈਰਾ ਜਿੱਦਾਂ ਕਿ ਅੱਜ ਦੇ ਸਮੇਂ ਦਾ ਚਲੋ ਹੁਣ ਦੀਵਾਲੀ ਆ ਗਈ ਦੀਵਾਲੀ ਕਰਕੇ ਤੁਹਾਡੇ ਚਲੋ ਇਹ ਦੀਵਿਆਂ ਦਾ ਕੰਮ ਕਾਰੋਬਾਰ ਚੱਲ ਪਿਆ ਹੈਗਾ ਅੱਗੇ ਪਿੱਛੇ ਜਿਹੜਾ ਹੈਗਾ ਕਿੱਦਾਂ ਕਾਰੋਬਾਰ ਚੱਲਦਾ ਹੈਗਾ ਭਾਂਡੇ ਦਾ ਚੱਲ ਪੈਂਦਾ ਮੁੜ ਕੇ ਮਿੱਟੀ ਦੇ ਭਾਂਡੇ ਜਿੱਦਾਂ ਘੜੇ ਵਗੈਰਾ ਕਿਉਂਕਿ ਹੁਣ ਦੇਖਣ ਜਾ ਰਿਹਾ ਚਾਈਨਾ ਦਾ ਮਾਲ ਬਹੁਤ ਵਿਕਣ ਲੱਗ ਪਿਆ ਮਾਰਕੀਟ ਦੇ ਵਿੱਚ ਕੀ ਕਹਿਣਾ ਚਾਹੋਗੇ ਮਿੱਟੀ ਦੇ ਭਾਂਡਿਆਂ ਦਾ ਕੰਮ ਵੀ ਤਾਂ ਹੀ ਬੰਦ ਹੋਇਆ ਹੈ ਨਾ ਤਾਂ ਬਣਾਉਣ ਵਾਲੇ ਰਹਿ ਗਏ ਕਿਉਂਕਿ ਸਹੂਲਤ ਨਹੀਂ ਮਿਲਦੀ ਦਿਹਾੜੀ ਨਹੀਂ ਪੈਂਦੀ ਇਹਦੇ ਤੇ ਸਰਕਾਰ ਵੱਲੋਂ ਕੋਈ ਸਹੂਲਤ ਮਿਲੇ ਤੇ ਗਾਂ ਵੀ ਚਲੋ ਕੰਮ ਕਰ ਤੇ ਵਾਧਾ ਹੁੰਦਾ ਹੈ ਕੀ ਮੰਗ ਕਰੂੰਗੇ ਸਰਕਾਰ ਤੋਂ ਇੱਕ ਸਾਨੂੰ ਮਿੱਟੀ ਨਹੀਂ ਮਿਲਦੀ ਜੇ ਮਿੱਟੀ ਜਾਂ ਬਾਲਣ ਲੈਣ ਜਾਂਦੇ ਹਾਂ ਉਹ ਨਹੀਂ ਸਾਨੂੰ ਮਤਲਬ ਪ੍ਰੋਵਾਈਡ ਹੁੰਦਾ ਤੇ ਸਰਕਾਰ ਕੋਲੋਂ ਤੇ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਕਿਸੇ ਤਰ੍ਹਾਂ ਮਿੱਟੀ ਦੇ ਛੱਪੜ ਸਾਡੇ ਛਡਾਏ ਜਾਣ ਇਹ ਜਿਹੜੇ ਛੱਪੜ ਹੈਗੇ ਤੁਸੀਂ ਛਡਾਉਣ ਦੀ ਗੱਲ ਕਰਦੇ ਹੈਗੇ ਆ ਉਹ ਕਿਹਨਾਂ ਨੇ ਦੱਬੇ ਹੋਏ ਆ ਉਹ ਜੀ ਪਿੰਡ ਵਾਲੇ ਹੁਣ ਨਹੀਂ ਪੱਟਣ ਦਿੰਦੇ ਉਹ ਜਿੱਦਾਂ ਪਹਿਲਾਂ ਤਾਂ ਵੈਸੇ ਜਿੱਦਾਂ ਸਰੀਂ ਵਾਲਾ ਸੀਗਾ ਉੱਥੇ ਸਰਕਾਰੀ ਜਿੱਦਾਂ ਉਹਨਾਂ ਨੂੰ ਮਿਲਿਆ ਹੋਇਆ ਸੀਗਾ ਉਹ ਕਹਿੰਦੇ ਵੀ ਇਹਨਾਂ ਲਈ ਸੀ ਤੁਹਾਡੇ ਲਈ ਹੈ ਨਹੀਂ ਜੇ ਅਸੀਂ ਤਾਂ ਮਿੱਟੀ ਲੈਣ ਗਏ ਸੀ 10 ਸਾਲ ਪਹਿਲਾਂ ਦੀ ਗੱਲ ਹੈ ਹੁਣ ਤਾਂ ਜਿਹੜੇ ਜਿੱਦਾਂ ਭੱਠੇ ਤੋਂ ਇੱਟਾਂ ਬਣਾਉਂਦੇ ਆ ਉਹ ਮਿੱਟੀ ਪੱਟਦੇ ਆ ਉਹਦੇ ਥੱਲੇ ਜਿੱਦਾਂ ਜਿਹੜੀ ਨਿਕਲਦੀ ਮਿੱਟੀ ਉਹਨਾਂ ਨਾਲ ਗੁਜ਼ਾਰਾ ਕਰਦੇ ਆ ਜਿਹੜਾ ਮੰਨ ਲਓ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਹੈਗੇ ਮੁੱਖ ਮੰਤਰੀ ਪੰਜਾਬ ਬਣੇ ਹੈਗੇ ਉਹਨਾਂ ਨੇ ਬੜੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਦੇ ਉਹ ਮੁੱਖ ਮੰਤਰੀ ਬਣੇ ਕੀ ਕਹਿਣਾ ਚਾਹੋਗੇ ਵਾਅਦੇ ਤਾਂ ਚਲੋ ਕਰੀ ਜਾਂਦੇ ਆ ਪਰ ਜਿਹੜਾ ਘੁਮਾਰ ਜਾਤੀ ਜਾਂ ਕਿੱਦਾਂ ਦੀ ਆ ਉਹ ਜਿਹੜੇ ਮਿੱਟੀ ਦੇ ਬਰਤਨ ਬਣਾਉਂਦੇ ਆ ਫਿਰ ਉਹਨਾਂ ਨੂੰ ਵੀ ਉਹਨਾਂ ਨੂੰ ਸਹੂਲਤ ਦਿੱਤੀ ਜਾਵੇ ਬਿਜਲੀ ਵਿੱਚ ਛੂਟ ਦਿੱਤੀ ਜਾਵੇ ਜਾਂ ਮਿੱਟੀ ਪ੍ਰੋਵਾਈਡ ਕੀਤੀ ਜਾਵੇ ਕਿਸੇ ਤਰ੍ਹਾਂ ਹੁਣ ਇੱਦਾਂ ਦੀ ਕੁਛ ਜਿੱਦਾਂ ਕਿ ਹੁਣ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿੱਚ 2 ਦਿਨਾਂ ਦਾ ਕੈਂਪ ਲੱਗਾ ਸੀਗਾ ਲੋਕ ਭਲਾਈ ਸੇਵਾ ਕੈਂਪ ਉਦੋਂ ਤੁਸੀਂ ਜਿਹੜਾ ਹੈਗਾ ਫਾਰਮ ਵਗੈਰਾ ਭਰੇ ਉੱਥੇ ਨਹੀਂ ਪਤਾ ਵੀ ਨਹੀਂ ਲੱਗਾ ਕਿਉਂ ਕੰਮ ਵਿੱਚ ਬਿਜੀ ਸੀ ਅਸੀਂ
ਤੇ ਜਿਹੜੇ 2 ਕਿਲੋਵਾਟ ਬਿਜਲੀ ਹੈਗੀ ਆ ਉਹ ਜਿਹੜਾ ਪੰਜਾਬ ਸਰਕਾਰ ਨੇ ਮਾਫ ਕਰਨ ਦਾ ਐਲਾਨ ਕੀਤਾ ਕੀ ਕਹਿਣਾ ਚਾਹੋਗੇ ਉਸ ਬਾਰੇ ਹਾਂਜੀ ਠੀਕ ਹੈ ਜੀ ਮਾਫ ਹੋਣੀ ਚਾਹੀਦੀ ਆ ਪਰ ਮਤਲਬ ਇਦਾਂ ਨਹੀਂ ਭੱਜ ਦੌੜ ਨਾ ਹੋਵੇ ਵੀ ਆਹ ਫਾਰਮ ਬਣਾ ਲਓ ਉਹ ਫਾਰਮ ਬਣਾ ਲਓ ਇਦਾਂ ਨਹੀਂ ਹੋਣੀ ਚਾਹੀਦੀ ਉਹ ਕੰਮ ਉਹਨਾਂ ਦਾ ਕੰਮ ਰਹਿ ਜਾਂਦਾ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਮੁੜ ਕੇ ਸਾਰਿਆਂ ਲਈ ਕੀਤੀ ਜਾਵੇ ਜਿੱਦਾਂ ਆਮ ਪਬਲਿਕ ਨੂੰ ਕੀ ਮੈਸੇਜ ਦਊਂਗੇ ਦੀਵਾਲੀ ਬਹੁਤ ਵਧੀਆ ਆਵੇ ਸਾਰਿਆਂ ਲਈ ਦੀਵੇ ਵੱਧ ਤੋਂ ਵੱਧ ਜਗਾਓ ਜੀ ਅਤੇ ਪਟਾਕਿਆਂ ਨੂੰ ਪਰਹੇਜ਼ ਕਰੋ ਜਿਹੜਾ ਕਿਸੇ ਕੋਈ ਹਾਦਸਾ ਨਾ ਬਣ ਜਾਵੇ ਬਸ ਜਿਹੜੇ ਹੈਗੇ ਦੀਵੇ ਹੈਗੇ ਆ ਆਪਾਂ ਘਰਾਂ ਦੇ ਵਿੱਚ ਜਗਦੇ ਤਾਂ ਜ਼ਰੂਰ ਦੇਖੇ ਹੋਣਗੇ ਅੱਜ ਤੁਹਾਨੂੰ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਹਾਂ ਦਿਖਾਉਣ ਦੀ ਕਿਸ ਤਰ੍ਹਾਂ ਦੀਵਿਆਂ ਨੂੰ ਜਿਹੜਾ ਬਣਾਇਆ ਜਾਂਦਾ ਇਸ ਤੋਂ ਬਾਅਦ ਸੁਕਾਇਆ ਜਾਂਦਾ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਦਿਖਾ ਦੇਵੇ ਕਿ ਕਿਸ ਤਰ੍ਹਾਂ ਦੀਵੇ ਜਿਹੜੇ ਹੈਗੇ ਆ ਸੁੱਕਣੇ ਪਾਏ ਗਏ ਨੇ ਇਹਨਾਂ ਨੂੰ ਜਿਹੜਾ ਪਕਾਇਆ ਵੀ ਜਾਣਾ ਆ ਇਹਨਾਂ ਨੂੰ ਜਿਹੜਾ ਬਣਾਉਣ ਦੇ ਵਿੱਚ ਮਿਹਨਤ ਤਾਂ ਬਹੁਤ ਲੱਗਦੀ ਆ ਪਰ ਇਹਨਾਂ ਦੀ ਜਿਹੜੀ ਕੀਮਤ ਹੈਗੀ ਆ ਉਹ ਘੁਮਿਆਰ ਨੂੰ ਨਹੀਂ ਮਿਲ ਰਹੀ ਸਭ ਤੋਂ ਵੱਡੀ ਗੱਲ ਇਹ ਆ ਕਿ ਸਰਕਾਰਾਂ ਵੀ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੰਦੀਆਂ ਕੈਮਰਾਮੈਨ ਗੁਰਪ੍ਰੀਤ ਦੇ ਨਾਲ ਪੁਨੀਤ ਅਰੋੜਾ ਨਿਕੋਦਰ ਰੋਂਦੇ ਆਓਗੇ ਤੇ ਹੱਸਦੇ ਜਾਓਗੇ ਦੁਖੀ ਭੈਣ ਭਰਾਵਾਂ ਦੇ ਸੱਚੇ ਹਮਦਰਦ ਗੁਰੂ ਰਾਜਾ ਸਾਈ ਜੀ 99-150-150 ਪਤਾ ਲੁਧਿਆਣਾ ਗੈਟ ਯੂ ਐਕਸ ਲਵ ਬੈਕ ਇਨ ਯੂਰ ਲਾਈਫ 100% ਗਾਰੰਟੀ ਨਾਲ ਪਾਓ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ 'ਚ ਧੋਖਾ ਖੋਇਆ ਹੋਇਆ ਪਿਆਰ ਵਾਪਸ ਪਾਉਣਾ ਲਵ ਮੈਰਿਜ 'ਚ ਰੁਕਾਵਟ ਪ੍ਰੇਮੀ ਪ੍ਰੇਮਿਕਾ 'ਚ ਝਗੜਾ ਤਲਾਕ ਕੇਸ 100 ਦਿਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ 'ਚ ਪੱਕਾ ਹੋਣਾ ਇਮੀਗ੍ਰੇਸ਼ਨ ਮਸਲੇ ਜਾਂ ਤੋਂ ਟੋੜੇ ਦਾ ਜੜ ਤੋਂ ਖਾਤਮਾ ਮੋਹਣੀ ਵਸ਼ੀਕਰਨ ਕਰਵਾਓ ਮਨ ਚਾਹਾ ਪਿਆਰ ਆਪਣੇ ਵਾਸ 'ਚ ਕਰੋ ਲਾਟਰੀ ਨੰਬਰ ਪਾਓ ਲੋਟੋ ਮੈਕਸ ਜਾਂ ਮੈਗਾ ਮਿਲੀਅਨ ਹਰ ਜਗ੍ਹਾ ਤੋਂ ਨਿਰਾਸ਼ ਤੇ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੋਬਾਈਲ ਨੰਬਰ 99-150-150